ਦੋਸਤੋ ਅੱਜ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸ ਰਿਹਾ ਤੁਹਾਨੂੰ ਇਹਦੇ ਵਿੱਚ ਆਪਾਂ ਦਿਲ ਦੇ ਰੋਗ ਜੋੜਾਂ ਦਾ ਦਰਦ ਤੇ ਜੋੜਾਂ ਤੇ ਸੋਜ ਆ ਜਾਂਦੀ ਹੈ ਜਿਹੜੀ ਉਹ ਵੀ ਪੈਰਾਂ ਦੀ ਸੋਜਨ ਛਾਤੀ ਦਾ ਦਰਦ ਸ਼ੂਗਰ ਉਮਰ ਤੋਂ ਪਹਿਲਾਂ ਬੁਢਾਪਾ ਆਉਣਾ ਅਜਿਹੇ ਰੋਗ ਦੂਰ ਕਰਦੀ ਹੈ ਔਰ ਦਵਾਈ ਕੀ ਹੈ ਅਸਲ ਚੁੰਦਾ ਕੀ ਹੈ ਆਪਾਂ ਜਿਹੜੀ ਖੁਰਾਕ ਖਾਣੇ ਆ ਇਹਦੇ ਵਿੱਚ ਬਹੁਤੀਆਂ ਚੀਜ਼ਾਂ ਦਾ ਮਿਲਾਵਟੀ ਹੁੰਦੀਆਂ ਨੇ ਜਿਹੜੀਆਂ ਬਾਜ਼ਾਰ ਦੀ ਹਰ ਉਹ ਚੀਜ਼ ਜਿਹੜੀ ਖਾਂਦੇ ਆਪਾਂ ਜਿੱਚ ਰੰਗ ਪੈਂਦਾ ਹੈ ਜਾਂ ਮਸਾਲੇ ਪੈਂਦੇ ਨੇ ਉਹ ਆਪਣੇ ਲਈ ਬਹੁਤ ਨੁਕਸਾਨਦੇ ਆ ਮੈਦਾ ਚੀਨੀ ਤੇ ਨਮਕ ਇਹ ਸਾਡੇ ਸਰੀਰ ਲਈ ਜ਼ਿਆਦਾ ਮਾਤਰਾ 'ਚ ਨੁਕਸਾਨਦੇ ਹਨ ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈ ਜੰਕ ਫੂਡ ਤਾਂ ਇੱਕ ਕਿਸਮ ਦਾ ਜ਼ਹਿਰ ਸਮਝ ਲਓ ਜਵਾਨੀ ਦੇ ਵਿੱਚ ਆਪਾਂ ਜਾਂ ਬਚਪਨ ਚ ਖਾਈ ਜਾਂਦੇ ਆਂ ਸਰੀਰ ਹਲੇ ਮਸ਼ੀਨਰੀ ਹੈ ਜਿਹੜੀ ਉਹ ਫਰੈਸ਼ ਹੁੰਦੀ ਹੈ ਤਾਜ਼ਾ ਹੁੰਦੀ ਹੈ ਨਮੀ ਹੁੰਦੀ ਹੈ ਬਰਦਾਸ਼ਤ ਕਰੀ ਜਾਂਦੀ ਹੈ ਲੇਕਿਨ ਕਿੰਨੀ ਕੁ ਦੇਰ ਤੱਕ ਕੁਝ ਸਮੇਂ ਤੋਂ ਬਾਅਦ ਕੀ ਹੁੰਦਾ ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਾਂ ਬਿਮਾਰੀਆਂ ਚ गिर ਜਾਂਦੇ ਆਂ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹ 슈ਗਰ ਤੇ ਬਲੱਡ ਪ੍ਰੈਸ਼ਰ ਔਰ ਦਿਲ ਦੀ ਹੈ ਇਹ ਜਿਹੜੀਆਂ ਦਿਲ ਦੀਆਂ ਜਿੰਨੀਆਂ ਬਿਮਾਰੀਆਂ ਨੇ ਇਹ ਨਾੜੀਆਂ ਦੇ ਵਿੱਚ ਕੋਲੇਸਟ੍ਰੋਲ ਜਮਾ ਹੋ ਜਾਂਦਾ ਹੈ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਕਿਹੜਾ ਚੈੱਕ ਕਰਾਉਣਾ ਵੀ ਕਿੰਨਾ ਕੋਲੇਸਟ੍ਰੋਲ ਹੈ ਉਹ ਹੌਲੀ-ਹੌਲੀ ਆਪਾਂ ਨੂੰ ਪੌੜੀਆਂ ਚੜਨ ਲੱਗੇ ਤਕਲੀਫ ਹੁੰਦੀ ਹੈ ਸਾਹ ਚੜਦਾ ਭੱਜਣ ਲੱਗੇ ਉੱਠਣ ਬੈਠਣ ਲੱਗੇ ਆਪਾਂ ਗੌਰ ਨਹੀਂ ਕਰਦੇ ਉਹ ਵਧੀ ਜਾਂਦਾ ਵਧੀ ਜਾਂਦਾ ਆਖਰਕਾਰ 80 ਜਾਂ 90% ਤੱਕਰਜਤ ਹੋ ਜਾਂਦਾ ਫਿਰ ਆਪਾਂ ਕਹਿੰਦੇ ਵੀ ਮੇਰੇ ਤਾਂ ਦਰਦ ਹੁੰਦਾ ਹੁਣ ਆਖਰ ਦਿਲ ਨੇ ਕੰਮ ਕਰਨਾ ਹੀ ਹੈ ਖੂਨ ਅੱਗੇ ਬਚਾਉਣਾ ਹੀ ਹੈ ਫਿਰ ਉਹ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਦੇ-ਕਦੇ ਨਾੜੀ ਫਟ ਵੀ ਜਾਂਦੀ ਹੈ ਤਾਂ ਡਾਕਟਰ ਕੀ ਕਰਦਾ ਜਾਣਸਾਰ ਇੱਕ ਇੱਕ ਥੋੜਾ ਜਿਹਾ ਇੱਕ ਮਤਲਬ ਆਪਾਂ ਨੂੰ ਜਿਵੇਂ ਪਲਉਂਦਾ ਹੁੰਦਾ ਹੈ ਉਹੀ ਹੁਸ਼ਿਆਰੀ ਜੀ ਕਰਦਾ ਹੈ ਉਹ ਕਹਿੰਦਾ ਸਟੈਂਡ ਪਾਊਗਾ ਜੀ 80 90000 ਰੁਪਏ ਲੈਣਾ ਸਟੈਂਡ ਇੱਕ ਸਪਰਿੰਗ ਹੈ ਜੇ ਆਪਾਂ ਡਾਕਟਰ ਨੂੰ ਪੁੱਛੇ ਵੀ ਡਾਕਟਰ ਸਟੈਂਡ ਪਾਉਣ ਨਾਲ ਵੀ ਸਾਡੀ ਬਲੌਕੇਜ ਰੁਕ ਜਾਊਗੀ ਤਾਂ ਕੋਈ ਗਰੰਟੀ ਨਹੀਂ ਲੈਂਦਾ ਸਟੈਂਟ ਪਾਉਣ ਤੋਂ ਬਾਅਦ ਵੀ ਬਲੌਕੇਜ ਹੋਈ ਹੈ ਲੋਕਾਂ ਦੀ ਸਟੈਂਟ ਕੋਈ ਹੱਲ ਥੋੜਾ ਹੈ ਬਲੌਕੇਜ ਤਾਂ ਹੋ ਹੀ ਜਾਂਦੀ ਹੈ ਕਦੇ ਤੁਹਾਨੂੰ ਡਾਕਟਰ ਇਲਾਜ ਨਹੀਂ ਦੱਸੂਗਾ ਆ ਦਵਾਈ ਖਾ ਲੋ ਜੀ ਇਹਦੇ ਨਾਲ ਤੁਹਾਡੇ ਕੋਲੇਸਟ੍ਰੋਲ ਘਟਦਾ ਜਾਊਗਾ ਹੁਣ ਇਹ ਉਸ ਡਾਕਟਰ ਨੂੰ ਪੁੱਛਿਆ ਜਾਵੇ ਵੀ ਜਿਹੜੀ ਖਾਣੇ ਨਾਲ ਚੀਜ਼ ਬਣੀ ਹੈ ਇਹ ਬਿਮਾਰੀ ਆਈ ਹੈ ਤਾਂ ਖਾਣੇ ਨਾਲ ਹੀ ਠੀਕ ਕਰੋ ਆ ਦਵਾਈਆਂ ਕਿੱਥੋਂ ਆਗੀਆਂ ਦਵਾਈ ਨਾਲ ਤਾਂ ਬਣੀ ਨਹੀਂ ਉਹ ਬਿਮਾਰੀ ਇਹ ਕੋਈ ਡਾਕਟਰ ਨਹੀਂ ਕਹੂਗਾ ਵੀ ਤੁਸੀਂ ਖਾਣੇ ਨਾਲ ਠੀਕ ਕਰ ਸਕਦੇ ਹੋ ਨਹੀਂ ਉਹਨੂੰ ਪਤਾ ਹੈ ਕਿਉਂਕਿ ਉਹਨੂੰ ਤਾਂ ਸਿਰਫ ਸਾਲਟ ਪਤਾ ਹੈ ਵੀ ਇਹ ਸਾਲਟ ਨਾਲ ਖੂਨ ਪਤਲਾ ਹੁੰਦਾ ਹੈ ਇਹ ਸਾਲਟ ਨਾਲ ਦਰਦ ਰੁਕਦਾ ਹੈ ਇਹ ਸਾਲਟ ਨਾਲ ਬੀਪੀ ਡਾਊਨ ਹੁੰਦਾ ਹੈ ਲੇਕਿਨ ਖਾਣੇ ਦੇ ਬਾਰੇ ਨਹੀਂ ਕਿਸੇ ਡਾਕਟਰ ਨੂੰ ਪਤਾ ਇਹ ਸਾਰਾ ਪਖੰਡ ਕਰਦੇ ਨੇ ਇਹ ਆਪਣੇ ਇਹ ਸਟੈਂਟ ਪਾ ਕੇ ਇੱਕ ਪਰਮਾਨੈਂਟ ਮਰੀਜ਼ ਬਣਾ ਲੈਂਦੇ ਨੇ ਲਓ ਜੀ ਤੁਹਾਨੂੰ 15 ਦਿਨਾਂ ਬਾਅਦ ਮਹੀਨੇ ਬਾਅਦ ਆਉਣਾ ਪਊਗਾ ਬਣਾ ਲਿਆ ਮਰੀਜ਼ ਚਲ ਸੌਰੀ ਹਮਰ ਆਪ ਉਸੇ ਉਦੇੜ ਬੰਚੇ ਚਲੇ ਜਾਂਦੇ ਕੋਈ ਨਹੀਂ ਗੌਰ ਕਰਦਾ ਹੈ ਤਾਂ ਹੁਣ ਜਿਹੜੀ ਤੁਹਾਨੂੰ ਦਵਾਈ ਲਿਖਾਉਣੀ ਆਪਾਂ ਬਹੁਤ ਹੀ ਬਿਹਤਰੀਨ ਦਵਾਈ ਹੈ ਔਰ ਤੁਸੀਂ ਕਰਕੇ ਦੇਖਿਓ ਦੇਖੋ ਸੁਣੋ ਮੇਰੀ ਗੱਲ ਡਾਕਟਰ ਨੂੰ 500 ਰੁਪਏ ਦੇ ਕੇ ਵੀ ਦਾ ਆਪਾਂ ਡਾਕਟਰ ਤੋਂ ਕੁਝ ਦਵਾਈ ਲਿਖਾਉਣੀ ਹੈ ਇਹ ਫ੍ਰੀ ਦੀ ਦਵਾਈ ਹੈ ਫ੍ਰੀ ਦਾ ਵੈਸੇ ਮੁੱਲ ਘੱਟ ਪਾਉਂਦੇ ਨੇ ਲੋਕ ਤੁਸੀਂ ਇਹਨੂੰ ਕਰਕੇ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਲਵੋ ਅਲਸੀ ਅਲਸੀ ਜੋ ਮੀਗਾ 3 ਪ੍ਰੋਟੀਨ ਕੈਲਸ਼ੀਅਮ ਇਹਦੇ ਤੁਸੀਂ 2 ਚਮਚ ਹਲਕਾ ਪੁੰਨ ਕੇ ਪੀਸ ਲਵੋ ਤੇ ਉਸ ਤੋਂ ਬਾਅਦ ਤੁਸੀਂ ਲੋਭੋ ਸੁੰਢ ਦਾ ਪਾਊਡਰ ਅਦਰਕ ਸੁੱਕਿਆ ਹੁੰਦਾ ਹੈ ਇਹ ਅਦਰਕ ਬਹੁਤ ਹੀ ਫਾਇਦੇਮੰਦ ਹੈ ਸਾਡੇ ਜਿਹੜੀ ਜਿਹਨੂੰ ਬੈ ਕਹਿੰਦੇ ਆਪਾਂ ਉਹਦੇ ਲਈ ਵੀ ਹੈ ਜੋੜਾਂ ਦੇ ਦਰਦ ਲਈ ਵੀ ਹੈ ਉਹ ਸੁੰਢ ਬਣ ਜਾਂਦਾ ਹੈ ਸੁੱਕ ਜਵੇਜੇ ਅਦਰਕ ਸੁੰਢ ਦਾ ਪਾਊਡਰ ਚੌਥਾ ਚਮਚ ਇਹ ਚਮਚ ਜਿਹੜਾ ਲੈਣਾ ਚਾਹ ਵਾਲਾ ਚਮਚ ਲੈਣਾ ਜਿਹਨੂੰ ਆਪਾਂ ਚਾਹ ਵਾਲਾ ਟੀस्पून ਕਹਿੰਦੇ ਆਪਾਂ ਉਸ ਤੋਂ ਬਾਅਦ ਆ ਗਿਆ ਜੀ ਦਾਲਚੀਨੀ ਦਾਲਚੀਨੀ ਦਾ ਪਾਊਡਰ ਵੀ ਚੌਥਾ ਹਿੱਸਾ ਹੀ ਲੈਣਾ ਚਮਚ ਦਾ ਇਹਨੂੰ ਪੀਸਿਆ ਹੋਇਆ ਲੈਣਾ ਜੀ ਪਾਊਡਰ ਲੈਣਾ ਦਾਲ ਚੀਨੀ ਦਾ ਉਸ ਤੋਂ ਬਾਅਦ ਹਲਦੀ ਹਲਦੀ ਦਾ ਅੱਧਾ ਚਮਚ ਲੈਣਾ ਹਲਦੀ ਬਾਜ਼ਾਰ ਚੋਂ ਪੋਟਾਸ਼ੀਅਮ ਡਾਈक्रोਮੇਟ ਵੀ ਮਿਲਦੀ ਹੈ ਉਹ ਵੀ ਪੀਲੇ ਰੰਗ ਦੀ ਹੈ ਰੰਗ ਵੀ ਵਧੀਆ ਬੰਦਾ ਉਹਦੇ ਨਾਲ ਉਹ ਕੈਮੀਕਲ ਆਰ ਬਹੁਤ ਨੁਕਸਾਨਦੇ ਆ ਕਿਤੇ ਉਹ ਨਾ ਲੈ ਲਿਓ ਉਹਦੇ ਨਾਲ ਫਾਇਦੇ ਦੇ ਬਦਲੇ ਨੁਕਸਾਨ ਹੋਊਗਾ ਹਲਦੀ ਆਪ ਪਿਛਵਾ ਲਓ ਜਾਂ ਕੋਈ ਕੋਈ ਇਮਾਨਦਾਰ ਹੁੰਦਾ ਹੈ ਕਈ ਵਾਰ ਕੋਈ ਪੰਸਾਰੀ ਦੀ ਦੁਕਾਨ ਤੇ ਉਹ ਕਹਿ ਦੂਗਾ ਵੀ ਭਾਈ ਮੈਂ ਆਹਾਂ ਪੀਸ ਕੇ ਰੱਖੀ ਹੋਈ ਐ ਗਠੀਆਂ ਤਾਂ ਉਹ ਹਲਦੀ ਲੈ ਲਓ ਇਹਨਾਂ ਸਾਰਿਆਂ ਨੂੰ ਨਾ ਤੁਸੀਂ ਇੱਕ ਮਿਕਸ ਕਰ ਲਓ ਕਿਸੇ ਕੌਲੇਜ ਇਹ ਸਾਰੇ ਪਾਊਡਰਾਂ ਨੂੰ ਇਹ ਮਿਕਸ ਕੀਤਾ ਬੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਰਾਤ ਨੂੰ ਦੁੱਧ ਵਿੱਚ ਮਿਲਾ ਕੇ ਇੱਕ ਚਮਚ ਦੁੱਧ ਵਿੱਚ ਮਿਲਾ ਲਓ ਔਰ ਪੀ ਲਓ ਤੇ ਇਹ ਇੱਕ ਜਮ ਚ ਰਾਤ ਨੂੰ ਦੁੱਧ ਵਿੱਚ ਮਿਲਾ ਕੇ 15 20 ਦਿਨ ਲਈ ਲਵੋ ਯਕੀਨ ਹੈ ਪ੍ਰੈਕਟੀਕਲ ਕੀਤਾ ਹੋਇਆ ਤੁਸੀਂ ਦੇਖੋਗੇ ਕਿ ਬਹੁਤ ਚੇਂਜ ਆਊਗੀ ਮੇਰੇ ਖਿਆਲ ਚ ਕੋਈ ਐਲੋਪੈਥੀ ਦਵਾਈ ਇਸ ਤਰ੍ਹਾਂ ਨਹੀਂ ਹੈ ਜਿਹੜੀ ਐਡੀ ਜਲਦੀ ਚੇਂਜ ਲੈ ਕੇ ਆਉਂਦੀ ਹੈ ਤਾਂ ਦੁੱਧ ਵਿੱਚ ਰਾਤ ਨੂੰ ਮਿਲਾ ਕੇ ਪੀਣਾ ਕੋਈ ਫਾਲਤੂ ਚੀਜ਼ ਖੱਟਾ ਜਾਂ ਕੋਈ ਜ਼ਿਆਦਾ ਤਲੀ ਹੋਈ ਚੀਜ਼ ਤੋਂ ਥੋੜਾ ਜਿਹਾ ਪਰਹੇਜ਼ ਵੈਸੇ ਵੀ ਜ਼ਿੰਦਗੀ 'ਚ ਪਰਹੇਜ਼ ਕਰੋ ਇਸ ਚੀਜ਼ਾਂ ਤੋਂ ਕਿਉਂਕਿ ਇਹ ਨੁਕਸਾਨ ਹੀ ਨੇ ਜੰਕ ਫੂਡ ਤੋਂ ਬਿਲਕੁਲ ਪਰਹੇਜ਼ ਕਰੋ ਜਿਹੜਾ ਬਾਜ਼ਾਰ ਦਾ ਘੀ ਹੈ ਜਿਹਨੂੰ ਆਪਾਂ ਕਹਿੰਦੇ ਆ ਰਿਫਾਈਨਡ ਔਰ ਬੜਾ ਬੜਾ ਐਡਵਰਟਾਈਜ਼ਮੈਂਟ ਦਿੰਦੇ ਨੇ ਵੀ ਇਹ ਦਿਲ ਲਈ ਫਾਇਦੇਮੰਦ ਹੈ ਔਰ ਯਕੀਨ ਜਾਣੋ ਕਿ ਉਹੀ ਹਾਰਟ ਲਈ ਜ਼ਿਆਦਾ ਨੁਕਸਾਨ ਦੇ ਹੈ ਔਰ ਬਲੋਕੇਜ ਇਹੀ ਜਿਹੜਾ ਤੁਸੀਂ ਰਿਫਾਈਨਡ ਆਲ ਵਗੈਰਾ ਕਹਿੰਦੇ ਹੋ ਇਹਦੇ ਨਾਲੇ ਹੁੰਦਾ ਇਹ ਚੀਜ਼ਾਂ ਤੋਂ ਬਚੋ ਬਦ ਤੋਂ ਬਦ ਘਰ ਦੀ ਬਣਾਈ ਹੋਈ ਚੀਜ਼ਾਂ ਖਾਵੋ ਤਾਂ ਰੱਬ ਕਰੇ ਤੁਹਾਨੂੰ ਜਲਦੀ ਤੋਂ ਜਲਦੀ ਸ਼ਿਫਾ ਦੇਵੇ ਤੰਦਰੁਸਤੀ ਦੇਵੇ ਸ਼ੁਕਰੀਆ ਜੀ